ਬੀਤੀ ਦੇਰ ਰਾਤ ਸੂਬੇ ਭਰ ਦੇ ਕਈ ਇਲਾਕਿਆਂ ਦੇ ਵਿੱਚ ਹੋਈ ਬੇਮੌਸਮੀ ਬਾਰਿਸ਼ ਨੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਤਹਿਸ ਨਹਿਸ ਕਰ ਦਿੱਤਾ, ਉੱਥੇ ਹੀ ਦੇਰ ਰਾਤ ਨਾਭਾ ਬਲਾਕ ਦੇ ਪਿੰਡ ਖਨੋੜਾ ਵਿਖੇ ਅਸਮਾਨੀ ਬਿਜਲੀ ਗਿਰਨ ਦੇ ਨਾਲ ਪਰਾਲੀ ਦੀਆਂ ਗੱਠਾਂ ਦੇ ਡੰਪ ਨੂੰ ਅੱਗ ਲੱਗੀ ਅਤੇ ਲੱਖਾਂ ਰੁਪਇਆਂ ਦਾ ਨੁਕਸਾਨ ਹੋਇਆ, ਕਿਉਂਕਿ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਹੀ ਪਰਾਲੀ ਨਾ ਫੂਕਣ ਦੇ ਲਈ ਕਿਸਾਨਾਂ ਦੇ ਵੱਲੋਂ ਹੀ ਕਦਮ ਚੁੱਕਿਆ ਗਿਆ ਸੀ, ਪਰ ਅੱਗ ਦੀਆਂ ਲਪਟਾਂ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕਰ ਦਿੱਤਾ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਪਹੁੰਚੀਆਂ, ਜਿਨ੍ਹਾਂ ਦੇ ਵੱਲੋਂ 12 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਹੀ ਅੱਗ ਤੇ ਕਾਬੂ ਪਾਇਆ ਗਿਆ ਤੇ ਹੁਣ ਪੀੜਤ ਕਿਸਾਨ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ। ਇਹ ਸਾਡੀਆਂ ਵੀਰ ਜੀ 10 ਟਰਾਲੀਆਂ ਸੀਗੀਆਂ ਉਰੇ, ਇਹ ਸਾਡੀਆਂ 10 ਦੀਆਂ 10 ਮੱਚ ਗਈਆਂ ਜੀ, ਅਤੇ ਬਾਕੀ ਅਮਰਜੀਤ ਵੀਰੇ ਦੀਆਂ ਸੀਗੀਆਂ ਜੀ, 100 ਤੋਂ ਪਲੱਸ ਟਰਾਲੀ ਉਹਨਾਂ ਦੀ ਸੀਗੀ। ਬਸ ਇਹੀ ਮੰਗ ਕਰਦੇ ਹਾਂ ਵੀ ਸਾਡੀ ਹੈਲਪ ਕੀਤੀ ਜਾਵੇ ਜੀ, ਜੋ ਬਣਦਾ ਸਾਡਾ ਸਾਨੂੰ ਦਿੱਤਾ ਜਾਵੇ, ਕਿਉਂ ਸਾਡਾ ਖਰਚਾ ਬਹੁਤ ਹੋ ਗਿਆ ਜੀ ਇਹਦੇ 'ਤੇ। ਉਹੀ ਆ ਵੀ ਅਸੀਂ ਤਾਂ ਸਰਕਾਰ ਦੀ ਜਿਵੇਂ ਕਹਿੰਦੀ ਸੀ ਵੀ ਅੱਗ ਨਾ ਲਾਓ, ਮਤਲਬ ਉਹ ਤਾਂ ਹੀ ਅਸੀਂ ਐਕਟਿਵ ਬੇਲਰ ਖਰੀਦੇ ਦੀ ਵੀ ਅੱਗ ਨਾ ਲੱਗੇ ਜੀ, ਅਤੇ ਸਾਡਾ ਤਾਂ ਐਕਟਿਵ ਪਹਿਲਾਂ ਹੀ ਕੰਮ ਤੀ ਜੀ, ਪਹਿਲੀ ਗੇਰੇ ਸਾਡੇ ਨਾਲ ਇਹ ਕੁਛ ਹੋ ਗਿਆ, ਸਾਡਾ ਤਾਂ ਬਹੁਤ ਨੁਕਸਾਨ ਹੋ ਗਿਆ ਜੀ, ਅਤੇ ਸਰਕਾਰ ਤੋਂ ਮੰਗ ਕਰਦੇ ਵੀ ਕੋਈ ਹੈਲਪ ਕਰਦਾ ਸਾਡੀ। ਕੋਈ ਕਾਰਨਾਂ ਦਾ ਪਤਾ ਲੱਗਿਆ ਲੱਗਣ ਦਾ? ਕਾਰਨ ਦਾ ਵੀਰੇ ਅਸਮਾਨੀ ਬਿਜਲੀ ਦਾ ਦੱਸ ਰਹੇ ਨੇ, ਅਸਮਾਨੀ ਬਿਜਲੀ ਰਾਤ ਦਾ 11:30 ਵਜੇ ਗਿਰੀ ਆ ਜੀ, ਉਹਦੇ ਨਾਲ ਲੱਗੀ ਆ। ਇਹ ਸਾਨੂੰ ਜੀ 12:30 ਵਜੇ ਰਾਤ ਨੂੰ ਮਾਨਯੋਗ ਐਸ ਡੀ ਮਨਾਭਾ ਜੀ ਵੱਲੋਂ ਫੋਨ ਆਇਆ ਕਿ ਪਿੰਡ ਮਰੌੜਾ ਵਿਖੇ ਅੱਗ ਲੱਗੀ ਹੋਈ ਆ ਗੰਢਾਂ ਨੂੰ, ਅਤੇ ਆਪਾਂ ਨੇ ਫਾਇਰ ਟੈਂਡਰ 12:30 ਵਜੇ ਭੇਜਤਾ ਸੀ, ਉਰੇ ਆ ਕੇ ਦੇਖਿਆ ਤਾਂ ਅੱਗ ਬਹੁਤ ਜ਼ਿਆਦਾ ਸੀ। ਆਪਾਂ ਨੇ ਫਿਰ ਆਪਣਾ ਗੋਬਿੰਦਗੜ੍ਹ ਅਤੇ ਖੰਨੇ ਤੋਂ ਫਾਇਰ ਟੈਂਡਰ ਮੰਗਵਾਏ। ਕਿੰਨੇ ਘੰਟੇ ਹੋ ਗਏ ਜੀ ਲਗਾਤਾਰ? ਇਹ ਤਕਰੀਬਨ ਹੋ ਗਏ ਜੀ 8-9 ਘੰਟੇ ਹੋ ਗਏ ਜੀ ਲਗਾਤਾਰ। ਹਾਂ, ਅੱਗ 'ਤੇ ਕਾਬੂ ਪਾਇਆ ਗਿਆ ਜੀ। ਹੁਣ ਤੱਕ ਇਸ ਟਾਈਮ 3 ਗੱਡੀਆਂ ਕੰਮ ਕਰ ਰਹੀਆਂ ਨੇ। ਤਕਰੀਬਨ 12 ਵਜੇ ਸਾਨੂੰ ਕਾਲ ਆਈ ਸੀ ਕਿ ਮਾਨਯੋਗ ਐਸ ਡੀ ਐਮ ਸਾਹਿਬ ਦੀ, ਉਸ ਤੋਂ ਬਾਅਦ ਅਸੀਂ ਸਾਡੇ ਨਾਭੇ ਦੀ ਫਾਇਰ ਬ੍ਰਿਗੇਡ ਗੱਡੀ ਭੇਜੀ ਇੱਥੇ ਇੱਥੇ ਆ ਕੇ ਸਥਿਤੀ ਦੇਖਿਆ ਕਿ ਅੱਗ ਕਾਫੀ ਸੀਗੀ ਅਤੇ ਗੱਠਾਂ ਕਾਫੀ ਜਲ ਰਹੀਆਂ ਸੀਗੀਆਂ। ਉਸ ਤੋਂ ਬਾਅਦ ਅਸੀਂ ਖੰਨਾ ਅਤੇ ਗੋਬਿੰਦਗੜ੍ਹ ਨੂੰ ਕਾਲ ਕੀਤੀ ਤਾਂ ਉਹਨਾਂ ਨੇ ਮੌਕੇ 'ਤੇ ਗੱਡੀਆਂ ਭੇਜੀਆਂ, ਅਤੇ ਤਕਰੀਬਨ 12 ਘੰਟੇ ਹੋ ਗਏ ਅਤੇ 12 ਘੰਟੇ ਬਾਅਦ ਅੱਗ 'ਤੇ ਹੁਣ ਕੰਟਰੋਲ ਹੈ। ਨਹੀਂ ਸਰ, ਜਾਨੀ ਨੁਕਸਾਨ ਕੋਈ ਨਹੀਂ, ਮਾਲੀ ਤਾਂ ਹੁਣ ਇਹ ਮਾਲਕ ਦੱਸ ਸਕਦੇ ਵੀ ਕਿੰਨਾ ਕੁ ਮਾਲੀ ਨੁਕਸਾਨ ਹੋਇਆ ਹੈਗਾ।